एको मन जान है मन कोए, एको मन जान है मन कोए, ऐसा नाम ऐसा नाम ऐसा नाम निरंजन हो, ऐसा नाम ऐसा नाम। Oh,
ਸਭਾਏ ਸਹਾਇ ਦਸਾਂ ਵਾਸਾਈਆਂ ਦੀ ਜੋਤ ਧਰ ਧਨ ਸ੍ਰੀ ਗੁਰੂ ਗ੍ਰੰਥ ਦੇ ਪਾਠ ਦਸ ਦਾਤਾ ਧਰਮ ਕੇ ਵਧਾਓ ਜੀ ਪੰਜਾਂ ਪਿਆਰਿਆਂ ਪੰਜਾਂ ਤਖਤਾਂ ਸਬੱਤ ਗੁਰਦੁਆਰਿਆਂ ਦਾ ਧਰਮ ਕੇ ਵਧਾਓ ਜੀ ਪ੍ਰਥਮਾਏ ਸਬੱਤ ਖਾਲਸਾ ਜੀ ਕੀ ਅਰਦਾਸ ਜੀ ਸਾਹਿਬ ਤਾਂ ਦਾ ਰੱਖਿਆ ਰਹੇ ਅਤੇ ਬਿਰਧ ਜੀ ਪੈਜ ਪੰਥੀ ਜੀ ਤਕ ਸ੍ਰੀ ਸੰਤ ਜੀ ਸਹਾਰੇ ਖਾਲਸਾ ਜੀ ਕੇ ਗੁਰਦੁਆਰੇ ਵਧਾਓ ਜੀ ਬਖਸ਼ਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ਦਾਨ ਰਹਿਤਦਾਨ ਦੁਰਿਤਦਾਨ ਸਹਦਾਨ ਪ੍ਰੋਸਾਦਾਨ ਦਾਨਾ ਸਿਰਦਾ ਨਾਮਦਾਨ ਸ੍ਰੀ ਸਤੇ ਇਸ਼ਨਾਨ ਚੌਂਕੀਆਂ ਝੰਡੇ ਹੁੰਦੇ ਜੁਗੋ ਜੁਗ ਅਟਲ ਅਕਾਲ ਮੁੱਖ ਵਾਹਿਗੁਰੂ ਆਪਣੇ ਪੰਥ ਦੇ ਸਦਾਸਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਮਹਾਰਾਜ ਸਾਹਿਬ ਜੀ ਆਪ ਜੀ ਦੇ ਹਜ਼ੂਰ ਚਰਨਾਂ ਕਾ ਪਾਸ ਅਰਦਾਸ ਜੀ ਵਾਹਿਗੁਰੂ ਜੀ ਆਪ ਜੀ ਦਾ ਮਹਾਵਾਕ ਹੈ ਯਹਾ ਜੀ ਵਿਦਿਆ ਤੇਹਾ ਹੁਕਮ ਤੁਮਾਹੇ ਆਪ ਜੀ ਦੇ ਦਾ ਘਰ ਦੇ ਪ੍ਰੀਤਵਾਨ ਭਾਈ ਪੂਰਨ ਸਿੰਘ ਜੀ ਨੂੰ ਵਾਹਿਗੁਰੂ ਜੀ ਆਪ ਨੇ ਜਿਤਨੇ ਕੁ ਸਵਾਸਾਂ ਦੀ ਪੂੰਜੀ ਵਸ ਕਰਕੇ ਇਸ ਮਾਤ ਲੋਕ ਦੀ ਯਾਤਰਾ ਕਰਨ ਲਈ ਭੇਜਿਆ ਸੀਗਾ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਉਸ ਵਿਸਰੀ ਹੋਈ ਆਤਮਾ ਦੇ ਨਿਮਿੱਤ ਆਪ ਹੀ ਦੇ ਸਿੱਖ ਪਰਿਵਾਰ ਵੱਲੋਂ ਵਾਹਿਗੁਰੂ ਜੀ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਹੋਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਨ ਇਸ ਵਕਤ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸ਼ਬਦ ਵਿਚਾਰਾਂ ਆਨੰਦ ਸਾਹਿਬ ਦੀਆਂ ਸਿਹ ਪੌੜੀਆਂ ਦੇ ਕੀਰਤਨ ਹੋਏ ਹਨ ਸਵਚਨਾ ਵਾਹਿਗੁਰੂ ਜੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਹੀ ਦੇ ਸਿੱਖ ਪਰਿਵਾਰ ਵੱਲੋਂ ਆਪ ਜੀ ਨੂੰ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਜੀ ਦੇ ਹਾਜ਼ਰ ਹੈ ਜੀ ਆਪ ਜੀ ਭੋਗ ਲਾਭ ਲੱਗਿਆ ਹੋਇਆ ਭੋਗ ਸ਼ੀਤਲ ਪ੍ਰਸਾਦ ਜੋ ਵੀ ਸੰਗਤ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਦਾਣਾ ਹੀ ਸੰਗਤ ਵਿਦਾਹੀ ਗੁਰੂ ਨਾਮੇ ਬਖਸ਼ ਕੇ ਨਦਰੋ ਨਦੀ ਨਿਹਾਲ ਕਰੋ ਸਹੀ ਪਿਆਰੇ ਮੇਲਾ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਕਿਤਾਬੇ ਜਥੇ ਬੰਦਿਆਂ ਦੇ ਪ੍ਰਤੀਨਿਧ ਸਾਡੇ ਸਤਿਕਾਰਯੋਗ ਵੱਡੇ ਭਰਾ ਸਰਦਾਰ ਪੂਰਨ ਸਿੰਘ ਮੰਡਲ ਨੂੰ ਸਾਧਾ ਦੇ ਪੁੱਤ ਭੇਟ ਕਰਨ ਲਈ ਪਹੁੰਚੇ ਹਨ ਰਿਸ਼ਤੇਦਾਰ ਦੋਸਤ ਮਿੱਤਰ ਵੱਡੀ ਤਾਦਾਦ ਦੇ ਵਿੱਚ ਆਏ ਹਨ ਸਰਦਾਰ ਪੂਰਨ ਸਿੰਘ ਉਹਨਾਂ ਸਮਾਂ ਦੀ ਗੱਲ ਹੈ ਜਦੋਂ ਪਿੰਡ ਨੱਠਾ ਵਿੱਚ ਕੋਈ ਵੀ ਸਹੂਲਤ ਨਹੀਂ ਹੁੰਦੀ ਸੀ ਇੱਥੋਂ ਤੱਕ ਕਿ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਸੀ ਤਾਂ ਇਹ ਪਿੰਡ ਸਮੁੱਚੇ ਪੰਜਾਬ ਨੂੰ ਫਟ ਜਾਂਦਾ ਸੀ ਅਤੇ ਇੱਥੋਂ ਭਾਂਡੇਗੜ੍ਹ ਪ੍ਰਤਾਪਗੜ੍ਹ ਵਾਲਾ ਜਾਣ ਵਾਸਤੇ ਕੋਈ ਵੀ ਰਸਤਾ ਬਚਦਾ ਨਹੀਂ ਸੀ ਜੇ ਜਾਣਾ ਤਾਂ 2 ਕਿਲੋਮੀਟਰ ਕਾਰਨ ਪਾਣੀ ਵੀ ਨਹੀਂ ਜਾਣਾ ਪੈਂਦਾ ਸੀ ਜਿਹੜਾ ਦਿਲ ਵਿਖਿਆ ਤੇ ਆ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਮਹਾਂਵਾਕ ਅਨੁਸਾਰ ਜਦੋਂ ਉਸ ਮਾਲਕ ਦੇ ਘਰ ਦਾ ਸੱਦਾ ਆ ਗਿਆ ਕੋਈ ਵੀ ਇਨਸਾਨ ਇਸ ਧਰਤੀ 'ਤੇ ਨਹੀਂ ਗਿਆ ਭਾਵੇਂ ਕਿਸੇ ਵੱਡੇ ਅਹੁਦੇ 'ਤੇ ਹੋਵੇ ਮੌਕੇ ਦਾ ਹਾਕਮ ਹੋਵੇ ਬਹੁਤ ਕੁਛ ਅਹੁਦੇ 'ਤੇ ਲੱਗਿਆ ਹੋਵੇ ਜਦੋਂ ਕਾਨਪੁਰ ਪਰਮੇਸ਼ਰ ਦਾ ਸੱਦਾ ਆ ਜਾਵੇ ਫਿਰ ਇਨਸਾਨ ਨੂੰ ਜਾਣਾ ਅਵਸ਼ ਪੈਂਦਾ ਨਾ ਕੋਈ ਰਿਹਾ ਨਾ ਕੋਈ ਰਹਿਣਾ ਇਸ ਮੌਤ ਤੋਂ ਬਚਣ ਲਈ ਬਹੁਤ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ ਯੱਗ ਵੀ ਕੀਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਸਾਰ 'ਤੇ ਆਇਆ ਉਸ
साढ़े सत्कार लोग चाचा जी सरदार पूर्ण सिंह जी मंडल साहब जी अंतरम अरदास शामिल हो रहे हैं। ਹਰੇਕ ਵਾਰੀ ਸਰੀਰ ਬਦਲਦਾ ਹੈ, ਆਤਮਾ ਨਹੀਂ ਬਦਲਦੀ। ਜਿੰਨੇ ਕਰਮੇ ਸਿਰੇ ਧਾਰਨ ਕੀਤੇ
ਤੇ ਉਹਦੇ ਜਨਮਾਂ ਦੇ ਜਿਹੜੇ ਸੰਸਕਾਰ ਨੇ ਉਹ ਅਜੇ ਤੱਕ ਇਸ ਦੇ ਨਾਲ ਚਲੇ ਆ ਰਹੇ ਨੇ। ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੀ ਸਮਰਪੋ ਮਨ ਤਾਗੀ, ਹਰੇਕ ਜਨਮ ਦੇ ਵਿੱਚ ਜਿਹੜੀਆਂ ਆਦਤਾਂ ਨੇ ਉਹ ਲੋਕ ਦੇ ਨਾਲ ਆ ਰਹੀਆਂ ਨੇ, ਇਸ ਕਰਕੇ ਅਜੇ ਤੱਕ ਇਹ ਪਰਮਾਤਮਾ ਦੇ ਨਾਲ ਨਹੀਂ ਜੁੜਦਾ, ਉਸ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ। ਕਰਤੂਤ ਪਸੂਕੀ ਮਾਲ ਸਜਾ, ਸਤਿਗੁਰੂ ਜੀ ਕਹਿੰਦੇ ਕਰਤੂਤਾਂ ਪਸ਼ੂਆਂ ਵਾਲੀਆਂ ਅਤੇ ਜਨਮ ਮਨੁੱਖਾਂ ਵਾਲਾ, ਕਿਉਂਕਿ ਜਨਮ ਜਨਮ ਕੀ ਸਮਾਨ ਕੋ ਮਨ ਲਾਗੀ, ਹਰੇਕ ਜਨਮ ਦੀ ਜਿਹੜੀ ਮੱਤ ਹੈ, ਹਰੇਕ ਜਨਮ ਦਾ ਸੰਸਕਾਰ ਹੈ, ਉਹ ਇਸ ਜਨਮ ਵਿੱਚ ਵੀ ਨਾਲ ਚੱਲਿਆ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਅਸੀਂ ਤਾਂ ਵਾਹਿਗੁਰੂ ਵੈਸੇ ਕਰਦੀ ਹੋ, ਤਾਂ ਕਰਕੇ ਇਹ ਪ੍ਰਸੰਗ ਰੁਕਦਾ ਹੈ। ਆਵਾਗਮਨ ਰੁੱਖ ਹੈ ਪ੍ਰਭੂ, ਜੰਮਣਾ ਅਤੇ ਮਰ ਜਾਣਾ, ਜੰਮਣਾ ਅਤੇ ਮਰ ਜਾਣਾ, ਇਹ ਪ੍ਰਸੰਗ ਲਗਾਤਾਰ ਚੱਲਦਾ ਆ ਰਿਹਾ ਹੈ, ਪਤਾ ਨਹੀਂ ਕਿਤੇ ਜਨਮ ਆਪਣੇ ਚੱਲਦਾ ਆ ਰਿਹਾ ਹੈ। ਜੇ ਵਾਹਿਗੁਰੂ ਜੀ ਇਹ ਪ੍ਰਸੰਗ ਸਾਡਾ ਨਹੀਂ ਤੁਰ ਰਿਹਾ, ਸੋ ਭਗਤ ਕਬੀਰ ਜੀ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਇਹ ਭਾਈ ਤੈਨੂੰ ਪਰਮਾਤਮਾ ਨੇ ਮਨੁੱਖਾ ਜਨਮ ਜਿਹੜਾ ਹੈ ਕਰਮ ਦੀ ਪ੍ਰਾਪਤੀ ਵਾਸਤੇ ਮਹਿਸੂਸ ਕੀਤਾ ਹੈ, ਪਰ ਕਰਮ ਜਨਮ ਸਿਰਜੇ ਤੱਕ ਭੀਤਰ ਕਰਮ ਜਨਮ ਫਲ ਪਾਇਆ, ਤੂੰ ਸੰਸਾਰ ਦੇ ਆ ਕੇ ਕੀ ਫਲ ਪ੍ਰਾਪਤ ਕੀਤਾ ਹੈ। ਜੇਕਰ ਕਥਾ ਬਹੁਤ ਹਰ ਸੰਤਨ ਇਹ ਕਦੇ ਪੁੱਛਣਾ ਕੀ ਦੱਸਿਆ ਚਾਹੀਦਾ, ਇਹ ਵਾਹਿਗੁਰੂ ਜਿੱਥੇ ਗੁਰਦੁਆਰਾ ਬਣਿਆ ਹੋਇਆ, ਮੰਦਰ ਬਣਿਆ ਹੋਇਆ, ਮਸਜਿਦ ਹੈ, ਜਿੱਥੇ ਵੀ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ, ਜਿੱਥੇ ਪ੍ਰਭੂ ਦੇ ਨਾਮ ਦੀ ਗੱਲ ਹੁੰਦੀ ਹੈ, ਉੱਥੇ ਤਾਂ ਕਦੇ ਮੈਂ ਇੱਕ ਪਲ ਵੀ ਜਾ ਕੇ ਬੈਠਿਆ ਹੈ। ਜੇਕਰ ਕਥਾ ਬਹੁਤ ਹਰ ਸੰਤਨ ਜਿੱਥੇ ਹਰੀ ਦੇ ਪ੍ਰਭੂ ਦੇ ਪਿਆਰੇ ਭਗਤ ਸੰਤ ਜਨ ਜਿਹੜੇ ਤੇ ਵਾਹਿਗੁਰੂ ਦੀ ਕਥਾ ਕਰਦੇ ਨੇ, ਪਰਮੇਸ਼ਰ ਦੇ ਰਾਹ ਬਾਰੇ ਦੱਸਦੇ ਨੇ, ਉੱਥੇ ਤਾਂ ਮੈਂ ਕਦੇ ਕਦੇ ਵੀ ਹਾਰ ਨਹੀਂ ਗਵਾਈ ਕਰਕੇ। ਜੇਕਰ ਕਥਾ ਬਹੁਤ ਹਰ ਸੰਤਨ ਇਹ ਕਦੇ ਪੂਰਾ ਕੀ ਮੈਂ ਫੇਰਾ, ਉੱਥੇ ਕਦੇ ਬੇੜਾ ਨਹੀਂ ਮਾਰਿਆ, ਉੱਥੇ ਕਦੇ ਬੇੜੀ ਨਹੀਂ ਮਾਰੀ। ਲੰਬਟ ਤੋਰ ਦੂਤ ਲਟਵਾਰੇ, ਤਿੰਨ ਸੰਗ ਸਦਾ ਸੇਵਾ। ਇਸ ਕਰਕੇ ਕਾਮ ਕ੍ਰੋਧ ਲੋਭ ਹੰਕਾਰ ਆਦਿ ਜਿਹੜੇ ਦੂਤ ਨੇ ਇਹ ਮੇਰੇ ਮਿੱਤਰ ਬਣ ਗਏ ਨੇ, ਆਪਣਾ ਦੇ ਨਾਲ ਮੈਂ ਭਰਿਆ ਹੋਇਆ, ਪ੍ਰਭੂ ਦੀ ਕਥਾ ਸੁਣਨ ਮੈਂ ਨਹੀਂ ਜਾਂਦਾ, ਪਰਮਾਤਮਾ ਦੀ ਯਾਦ ਵਿੱਚ ਇੱਕ ਪਲ ਵੀ ਮੈਂ ਨਹੀਂ ਲਗਾਉਂਦਾ। ਮਹਾਰਾਜ ਅਸੀਂ ਤਾਂ ਅਜਿਹੇ ਪ੍ਰਾਪਤੀ ਹਾਂ, ਜੇਕਰ ਕਥਾ ਬਹੁਤ ਹਰ ਸੰਤ ਨੇ ਕਿਹਾ ਉੱਠਣਾ ਯਕੀਨ ਹੋ ਮੈਂ ਕਿਹਾ, ਬੰਬਟ ਚੋਰ ਮੂਰਤ ਮਟਵਾਰੇ ਤਿੰਨ ਸੰਗ ਸਦਾ ਸੇਵਾ। ਕਾਮ ਕ੍ਰੋਧ ਮਾਇਆ ਮਨ ਮਤ ਸਰ ਇਹ ਸੁਖ ਹੈ ਕੋ ਬਾਣੀ। ਭਗਤ ਕਬੀਰ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮੇਰੇ ਮਿੱਤਰ ਬਣ ਗਏ ਨੇ, ਇਹ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ, ਇਹ ਆਪਣਾ ਦੇ ਵਿੱਚ ਮੈਂ ਘੇਰਿਆ ਗਿਆ ਹਾਂ। ਦਇਆ ਧਰਮ ਹਰ ਗੁਰੂ ਕੀ ਸੇਵਾ ਵੀ ਸੁਖਮੁਖ ਪ੍ਰਣਾਲੀ। ਭਗਤ ਰਵਦਾਸ ਜੀ ਆਪਣੀ ਬਾਣੀ ਵਿੱਚ ਦੱਸਦੇ ਨੇ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਹਮ ਕਹੀਏ ਤਾਂ ਗੁਰੂ ਦੇ ਕਾਮੀ। ਇਹ ਪਰਮਾਤਮਾ ਨੂੰ ਪੂਰੇ ਜਗਤ ਦਾ, ਸਮੁੱਚੇ ਸੰਸਾਰ ਦਾ ਗੁਰੂ ਹੈ, ਪਤੀ ਹੈ, ਸਵਾਮੀ ਹੈ, ਔਰ ਅਸੀਂ ਔਗਣ ਭਰੇ ਕਲਯੁਗੀ ਜੀਵ ਹਨ। ਤਿੰਨ ਮੰਤਰ ਮੇਰੇ ਮਨ ਦੇ ਉਤਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਪੰਜ ਗੁਰੂ, ਇਹਨਾਂ ਨੇ ਮੇਰੇ ਮਨ ਨੂੰ ਵਿਗਾੜ ਦਿੱਤਾ ਹੈ। ਤਿੰਨ ਮੰਤਰ ਮੇਰੇ ਮਨ ਦੇ ਉਤਾਰਿਓ, ਪਲ ਪਲ ਹਾਜ਼ਰੀ ਦੇ ਅੰਦਰ ਪਾ ਲਿਓ। ਇਸ ਕਰਕੇ ਹਰੇਕ ਪਲ ਹਰੇਕ ਘੜੀ ਮੇਰਾ ਮਨ ਪਰਮਾਤਮਾ ਤੋਂ ਦੂਰ ਜਾ ਰਿਹਾ, ਪਰਮਾਤਮਾ ਵਿੱਚ ਅਤੇ ਮਨੁੱਖ ਵਿੱਚ ਇਹਨਾਂ ਔਗਣਾਂ ਨੇ ਵਿਰਥ ਪਾ ਦਿੱਤੀ। ਤਿੰਨ ਮੰਤਰ ਮੇਰੇ ਮਨ ਨੂੰ ਵਿਗਾੜਿਓ, ਪਲ ਪਲ ਹਾਜ਼ਰੀ ਦੇ ਅੰਦਰ ਪਾ ਲਿਓ। ਸਤਿਗੁਰੂ ਜੀ ਕਾਮ ਕ੍ਰੋਧ ਮਾਇਆ ਮਨ ਮਤ ਸਰ ਇਹ ਸੰਸਥਾ ਗੁਰਬਾਣੀ, ਇਹ ਸੱਚੇ ਪਾਤਸ਼ਾਹ ਇਹਨਾਂ ਔਗਣਾਂ ਨੇ ਮੈਨੂੰ ਘੇਰ ਲਿਆ ਹੈ। ਦਇਆ ਧਰਮ ਹਰ ਗੁਰੂ ਕੀ ਸੇਵਾ ਇਹ ਸੁਖਮੁਖ ਪ੍ਰਣਾਲੀ, ਨਾ ਹੀ ਮੈਂ ਕਦੇ ਕਿਸੇ ਨੇ ਦੱਸ ਕੀਤਾ ਹੈ। ਦਇਆ ਕਰਨੀ ਮਨੁੱਖਾਂ ਨੇ ਛੱਡ ਦਿੱਤੀ ਹੈ, ਦਇਆ ਧਰਮ ਧਰਮ ਕਮਾਉਣਾ ਵੀ ਛੱਡ ਦਿੱਤਾ ਹੈ। ਦਇਆ ਧਰਮ ਹਰ ਗੁਰੂ ਕੀ ਸੇਵਾ, ਨਾ ਸਾਨੂੰ ਗੁਰੂ ਦੀ ਸੇਵਾ ਕਰਨੀ ਚੰਗੀ ਲੱਗਦੀ ਹੈ, ਇਹ ਸੁਖਮੁਖ ਪ੍ਰਣਾਲੀ ਇਹ ਤਾਂ ਅਸੀਂ ਸੁਪਨੇ ਵਿੱਚ ਵੀ ਨਹੀਂ ਕਦੇ ਕਰਦੇ। ਇਸ ਕਰਕੇ ਦਇਆ ਧਰਮ ਹਰ ਗੁਰ ਕੀ ਸੇਵਾ ਇਹ ਸੁਖਮੁਖ ਪ੍ਰਣਾਲੀ, ਇਹ ਮਹਾਰਾਜ ਇਹਨਾਂ ਗੁਣਾਂ ਦੇ ਵਿੱਚੋਂ, ਇਹਨਾਂ ਸੇਵਾਵਾਂ ਦੇ ਵਿੱਚੋਂ ਇੱਕ
ਦੀਨ ਦਿਆਲ ਕਿਰਪਾਲ ਨਕੋਦਰ ਤੱਕ ਪ੍ਰਦਰਸ਼ਨ ਪੈ ਮਾਰੀ ਫਿਰ ਦੀਨਾਂ ਵਰਤੋਂ ਵਾਲੇ ਦਿਆਲੂ ਕਿਰਪਾਲੂ ਪਰਮਾਤਮਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਔਰ ਨਾਮ ਦੇ ਚਰਨਾਂ ਤੋਂ ਅਰਦਾਸ ਬੇਨਤੀ ਹੈ ਭੈਣ ਕਬੀਰ ਧੀਰ ਦਲ ਰੱਖੋ ਹਰ ਸੇਵਾ ਕਰੋ ਤੁਮਾਰੀ ਭਗਤ ਕਬੀਰ ਜੀ ਕਹਿੰਦੇ ਇਸ ਵਾਰੀ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਰੱਖ ਲਵੋ ਕਿਰਪਾ ਕਰਕੇ ਬਚਾ ਲਵੋ ਔਰ ਆਪਣੀ ਸੇਵਾ ਬਖਸ਼ ਦੇਵੋ ਆਪਣਾ ਨਾਮ ਬਖਸ਼ ਦੇਵੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਗੁਰਬਾਣੀ ਰਾਹੀਂ ਸਮਝਾਉਂਦੇ ਨੇ ਜੋ ਜੈ ਸੋਹਣ ਸਹਿ ਕਰੋ ਆਜ ਕਹਿਤਾਲ ਨਾਨਕ ਹਰ ਨੂੰ ਲਗਾਏ ਕੇ ਸਾਠ ਸਗਰ ਜੰਜਾਲ ਕਿ ਜੋ ਵੀ ਸੰਸਾਰ 'ਚ ਪੈਦਾ ਹੋਇਆ ਹੈ ਉਹਦੇ ਕਰੇ ਕਰਨ ਕਾਰਨ ਜ਼ਰੂਰ ਹੋ ਜਾਂਦਾ ਹੈ ਇਸ ਕਰਕੇ ਭਾਈ ਤੋਂ ਬਾਕੀ ਸਾਰੇ ਜੰਜਾਲਾਂ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਵੀ ਕਰ ਵਾਹਿਗੁਰੂ ਦੀ ਬਾਣੀ ਦਾ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਹਾਜ਼ਰੀ ਜ਼ਰੂਰ ਲਵਾਇਆ ਕਰੋ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਇਸ ਸਰੀਰ ਵਿੱਚ ਅਜੇ ਸਵਾਸ ਚੱਲਦੇ ਨੇ ਉਹ ਪਰਮਾਤਮਾ ਨੂੰ ਕਿਉਂ ਮਨੋਂ ਵਿਸਾਰਦੇ ਨੇ ਸਵਾਵਾਂ ਆਪਾਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਹੋਰ ਸਰਵ ਸਰਵਣ ਕਰੀਏ ਜੀ ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਚੌਵੀ ਘੰਟੇ ਹਰੇਕ ਲੋਕ ਨੂੰ ਹਰ ਰੋਜ਼ ਦਿਨ ਰਾਤ ਦੇ ਮਿਲਦੇ ਨੇ ਉਹਨਾਂ ਵਿੱਚੋਂ ਦੋ ਜਾਂ ਚਾਰ ਘੰਟੇ ਗੁਰੂ ਦੇ ਲੇਖੇ ਕੱਢਣੇ ਜ਼ਰੂਰੀ ਨੇ ਪਰਮਾਤਮਾ ਦੇ ਲੇਖੇ ਕੱਢਣੇ ਜ਼ਰੂਰੀ ਨੇ ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਆਪਾਂ ਦਰਬਾਰੇ ਸਤਿਗੁਰੂ ਦਾ ਪ੍ਰੇਮ
Thank you.
कुछ दिन पहला अकाल चलाना करके सन उस बिछड़ी हुई आत्मा के निमित्त आप ही सिख परिवार वालों वाहिगुरु जी अपने ग्रह विखे श्री सहज पाठ आरंभ करवाए हुए सन जिन्हों के अमृत वेले भोग पाए गए हैं। इस वक्त इलाही बाणी के शब्द कीर्तन शब्द विचार आनंद साहब दी पौड़ियां के कीर्तन हुए हैं। अखर वाधा घाटा क्षमा करनी जा के अपने चरणा कमला पास सदा लई निवास वसना वाहिगुरु जीओ पिछे परिवार को भाणा मनण का बल वसना आप ही ने सिख परिवार वालों आप जी जो हजूर अमृतमई कड़ाह प्रसाद जी के हाजिर है जी आप जी भोग लाभ लग्या होया भोग शीतल प्रसाद जो भी संगत सके सो आप ही का नाम सतनाम श्री वाहिगुरु जपे कृपा करो ही दाना ही संत विनाही गुरु नामे बख सके नदरो नदी निहाल करो जी प्यारे मिलो जिन्हों ने मिले आप ही दाना पतावे गुरनाम नाम प्रति कला तेरे भाणे सलखता बोले
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਹਾ ਹੋ ਰਹੇ ਲੰਘਣਾ ਤੁਹਾਨੂੰ ਗੰਭੀਰ ਬੇਟੀਆਂ ਨੂੰ ਪਾਲਣ ਪੋਸ਼ਣ ਕੀਤਾ, ਪੜ੍ਹਾਇਆ,
ਉਹਨਾਂ ਦੇ ਵਿਆਹ ਕੀਤੇ, ਦੋਵੇਂ ਬੇਟੇ, ਇਹਨਾਂ ਵੱਲ ਪੜ੍ਹਾਈ ਵੱਲ ਧਿਆਨ ਦਿੱਤਾ। ਗੁਰਪ੍ਰੀਤ ਜੀ ਇੱਕ ਛੋਟਾ ਅਤੇ ਵੱਡੇ ਸਾਡੇ ਜਿਹੜੇ ਨਿਊਜ਼ੀਲੈਂਡ ਨੇ ਵਿਕਰਮਜੀਤ ਸਿੰਘ ਖੱਟਾ, ਉਹਨਾਂ ਦੀ ਪੜ੍ਹਾਈ, ਕਿਉਂਕਿ ਉਹਨਾਂ ਦੇ ਮਨ ਚ ਆਪਦੇ ਵਿੱਚ ਵੀ ਸੀ ਕਿ ਮੈਂ ਕੁਛ ਕਰਨਾ। ਦੋਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਉਹ ਅਰਮਾਨ ਜਿਹੜੇ ਸਾਡੇ ਵੱਡੇ ਭਰਾ ਦੇ ਸੀ ਵਿਕਰਮਜੀਤ ਨੇ ਪੂਰੇ ਕੀਤੇ। ਅਤੇ ਸਰਦਾਰ ਕਪੂਰ ਸਿੰਘ ਲਾਸਟ ਟਾਈਮ ਪਾਰੀ ਦੇ ਵਿੱਚ ਕਹਿੰਦੇ ਸੀ ਕਿ ਹੁਣ ਮੈਨੂੰ ਆਪਣਾ ਉਹ ਅਰਮਾਨ ਨੇ ਜਿਹੜੇ ਪੂਰੇ ਹੁੰਦੇ ਦਿਖਾਈ ਦੇ ਰਹੇ ਨੇ, ਅਤੇ ਉਹਨਾਂ ਦੇ ਜਿਉਂਦੇ ਜੀ ਉਹ ਅਰਮਾਨ ਪੂਰੇ ਹੋਏ। ਸਾਡੇ ਜਿਹੜਾ ਭਤੀਜਾ ਹੁਣ ਹਾਲ ਜਿਹੜਾ ਪਿੰਡ ਦਾ ਸਾਡਾ ਵਸਨੀਕ ਹੈ ਨੌਜਵਾਨ, ਇਹਦੇ ਉਹ ਅਰਮਾਨ ਪੂਰੇ ਕੀਤੇ। ਅਤੇ ਅੱਜ ਇਹ ਪਰਿਵਾਰ ਪੂਰੇ ਸਤਿਕਾਰਯੋਗ ਸਤਿਕਾਰ ਵਾਲਾ ਪਰਿਵਾਰ ਹੈ। ਨਿਊਜ਼ੀਲੈਂਡ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਇਹਨਾਂ ਦਾ ਨਾਂ ਹੈ। ਅਤੇ ਪੈਸਾ ਬਹੁਤ ਦੁਨੀਆ ਕੋਲ ਹੁੰਦਾ ਹੈ, ਪਰ ਇਕੱਲਾ ਪੈਸਾ ਨਹੀਂ ਹੁੰਦਾ, ਜਦੋਂ ਇੱਕ ਸਮਾਜ ਦੇ ਵਿੱਚ ਨਾਂ ਬਣਦਾ ਉਹ ਵੱਡੀ ਉਹਦੀ ਵੀ ਕੀਮਤ ਨਹੀਂ ਹੁੰਦੀ। ਅੱਜ ਅਸੀਂ ਜਦੋਂ ਸਾਡੇ ਵੱਡੇ ਭਰਾ ਨੂੰ ਸਭਾ ਦੇ ਵਿੱਚ ਭੇਟ ਕਰਦੇ ਹਾਂ ਤਾਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਪੂਰੀ ਉਹਨਾਂ ਦੀ ਜਿਹੜੀ ਸੇਵਾ ਕੀਤੀ ਹੈ ਹਰ ਪੱਖ ਤੋਂ। ਸਾਡੇ ਵੱਡੇ ਸਰਕਾਰ ਨੂੰ ਭਜਾਈ ਮਰਦਾਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ, ਨੂਰ ਰਾਣੀ ਨੇ ਸੇਵਾ ਕੀਤੀ ਹੈ, ਪਰਿਵਾਰ ਨੇ ਸੇਵਾ ਕੀਤੀ ਹੈ। ਇਸ ਮੌਕੇ ਬਹੁਤ ਸ਼ਖਸੀਅਤਾਂ ਪਹੁੰਚੀਆਂ ਨੇ ਜਿਹਨਾਂ ਵਿੱਚ ਸਾਡੇ ਹਲਕਾ ਵਿਧਾਇਕ ਸ਼੍ਰੀ ਪ੍ਰਕਾਸ਼ ਚੰਦ ਗਰਗ ਜੀ, ਉਹ ਹਾਜ਼ਰੀ ਲਵਾ ਕੇ ਗਏ ਨੇ, ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ। ਭਗਵੰਤ ਸਿੰਘ ਮਾਨ ਜਿਹੜੇ MP ਨੇ ਆਮ ਆਦਮੀ ਪਾਰਟੀ ਤੋਂ, ਉਹਨਾਂ ਦਾ ਸੋਗ ਸੰਦੇਸ਼ ਵੀ ਪਹੁੰਚਿਆ। ਹਰਪ੍ਰੀਤ ਬਾਜਵਾ ਜੀ ਲੈ ਕੇ ਆਏ ਨੇ, ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਮੈਂਬਰ ਰਾਜ ਸਭਾ, ਉਹਨਾਂ ਦਾ ਸੋਗ ਸੰਦੇਸ਼। ਇੰਦਰਜੀਤ ਸਿੰਘ ਜੀ ਦੂਰ ਸਰਕਲ ਪ੍ਰਧਾਨ ਜਿਹੜੇ ਇਸ ਪਰਿਵਾਰ ਦੇ ਰਿਸ਼ਤੇਦਾਰ ਜੀ ਨੇ, ਉਹ ਲੈ ਕੇ ਪਹੁੰਚੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇੱਥੇ ਸਾਡੇ ਹੀ ਪਿੰਡ ਦੇ ਜਿਹੜੇ ਵਸੀ ਪ੍ਰੋਫੈਸਰ ਜੈਪਾਲ ਸਿੰਘ ਪਟਨਾ, ਉਹ ਵੀ ਪਹੁੰਚੇ ਹੋਏ ਨੇ। ਧਰਮਿੰਦਰ ਟਵਾਣਾ ਜਰਨਲਿਸਟ ਨੇ ਜਿਹੜੇ, ਉਹ ਵੀ ਆਏ ਨੇ। ਹਰਜੀਤ ਸਿੰਘ ਬੀਟਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਲਵੰਤ ਸਿੰਘ ਜੀ ਸ਼ੇਰਗਿੱਲ ਜਿਹੜੇ ਸਾਬਕਾ ADC ਨੇ, ਉਹ ਵੀ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਜਗਵੀਰ ਸਿੰਘ ਜੀ ਭੁੱਲਾ ਜਿਹੜੇ ਟਰੱਕ ਆਪਰੇਟਰ ਨੇ, ਰਵਿੰਦਰ ਸਿੰਘ ਜੀ ਕਾਕੜਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ, ਜੋਰਾ ਸਿੰਘ ਚੀਮਾ ਨਿਊਜ਼ੀਲੈਂਡ ਤੋਂ ਨੇ, ਉਹ ਵਿਕਰਮਜੀਤ ਦੇ ਦੋਸਤ ਨੇ, ਉਹ ਵੀ ਆਏ ਹੋਏ ਨੇ। ਗੁਰਪਾਲ ਸਿੰਘ ਨਿਊਜ਼ੀਲੈਂਡ ਤੋਂ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਪ੍ਰਿੰਸੀਪਲ ਇੰਦਰਜੀਤ ਸਿੰਘ ਦਿਓ, ਉਹ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧ ਨੇ, ਅਤੇ ਹੋਰ ਪੰਜਾਬੀ ਯੂਨੀਵਰਸਿਟੀ ਤੋਂ ਵੀ ਵਿਕਰਮਜੀਤ ਦੇ ਦੋਸਤ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਮੈਂ ਸਰਦਾਰ ਹਰਦੇਵ ਸਿੰਘ ਹੰਜਰਾ ਜਿਹੜੇ ਸਾਬਕਾ ਪ੍ਰਧਾਨ ਨਗਰ ਕੌਂਸਲ ਸਲਾਮ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇੱਕ ਮਿੰਟ ਲਈ ਸਾਦਾ ਦੇ ਕੋਲ ਭੇਟ ਕਰਕੇ ਸਰਦਾਰ ਹਰਦੇਵ ਸਿੰਘ ਜੀ। ਸੱਚਖੰਡ ਵਾਸੀ ਸਿੰਘ ਦੀ ਅੰਤਮ ਅਰਦਾਸ ਬੋਲੋ, ਗੁਰੂ ਕੀ ਪਰਮ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜੀ ਲਿਖਿਆ ਤੇਰਾ ਹੁਕਮ ਕਮਾਏ, ਕੱਲੇ ਆਵੇ ਨਾਨਕਾ, ਸਤਿਗੁਰੂ ਦੇ ਬਾਹਰ ਜਾਏ ਜੀ ਮਹਾਂਵਾਕ ਅਨੁਸਾਰ, ਕਿ ਜਦੋਂ ਉਸ ਮਾਲਕ ਦੇ ਘਰ ਦਾ ਸੱਦਾ ਆ ਗਿਆ, ਕੋਈ ਵੀ ਇਨਸਾਨ ਇਸ ਧਰਤੀ 'ਤੇ ਨਹੀਂ ਗਿਆ, ਭਾਵੇਂ ਕਿਸੇ ਵੱਡੇ ਅਹੁਦੇ 'ਤੇ ਹੋਵੇ, ਮੌਕੇ ਦਾ ਹਾਕਮ ਹੋਵੇ, ਹੋਰ ਕੁਛ ਅਹੁਦੇ 'ਤੇ ਲੱਗਿਆ ਹੋਵੇ, ਜਦੋਂ ਕਾਨਪੁਰ ਪਰਮੇਸ਼ਰ ਦਾ ਸੱਦਾ ਆ ਜਾਵੇ, ਫਿਰ ਇਨਸਾਨ ਨੂੰ ਜਾਣਾ ਅਵਸ਼ ਪੈਂਦਾ, ਨਾ ਕੋਈ ਰਿਹਾ ਨਾ ਕੋਈ ਰਹਿਣਾ। ਇਸ ਮੌਤ ਤੋਂ ਬਚਣ ਲਈ ਬਹੁਤ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ ਯੱਗ ਵੀ ਕੀਤੇ ਹੈ, ਬੜੇ ਉਹਨਾਂ ਦੀਆਂ ਸਾਧਨਾ ਵੀ ਸਾਧੀਆਂ। ਇਸ ਧਰਤੀ 'ਤੇ ਆਉਣ ਤੋਂ ਬਾਅਦ ਕਿਸੇ ਦਾ ਵੀ ਜਾਨ ਨੂੰ ਜੀ ਨਹੀਂ ਕਰਦਾ, ਪਰ
ਮੌਤ ਇੱਕ ਸੱਚ ਬਿਲਕੁਲ ਨਾ ਕਿਸੇ ਤੋਂ ਇਹਦਾ ਪਾਸਾ ਵੱਟਿਆ ਗਿਆ ਨਾ ਵੱਟਿਆ ਜਾ ਸਕਦਾ। ਹੁਣ ਇੱਥੇ ਗੱਲ ਇੰਨੀ ਹੈ ਕਿ ਆਪਾਂ ਸਾਰੇ ਭੈਣ ਭਰਾ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਉਹਨਾਂ ਦੀਆਂ ਜ਼ਿੰਦਗੀ ਵਿੱਚ ਪ੍ਰਾਪਤੀਆਂ ਨੂੰ ਉਹਨਾਂ ਦੇ ਪਿਆਰ ਨੂੰ ਉਹਨਾਂ ਦੇ ਸੰਬੰਧਾਂ ਨੂੰ ਯਾਦ ਕਰਨ ਲਈ ਇੱਥੇ ਆਏ ਹਾਂ, ਸਿਰ ਨਵਾਉਣ ਲਈ ਆਏ। ਸਟੇਜ ਸਿੰਘ ਜੀ ਸਾਹਿਬ ਮੇਰੇ ਬੜੇ ਪਿਆਰੇ ਮਿੱਤਰ, ਮੇਜਰ ਸਿੰਘ ਜੀ ਮੇਰੇ ਯਾਦ ਆ ਕਾਲ ਦੇ ਦਿਨਾਂ ਦੇ ਘੋੜਾਂ ਦੇ ਵਿੱਚ ਅਸੀਂ ਬਹੁਤ ਇਕੱਠੇ ਰਹੇ। ਉਦੋਂ ਦੋ ਤਿੰਨ ਜਥੇਬੰਦੀਆਂ ਹੁੰਦੀਆਂ ਸੀ, ਪੰਜਾਬ ਸਟੂਡੈਂਟ ਯੂਨੀਅਨ SFI AIHF। ਉਹਨਾਂ ਨੇ ਉਹਨਾਂ ਦੇ ਜੀਵਨ ਬਾਰੇ ਬੜਾ ਵਿਸਤਾਰ ਨਾਲ ਦੱਸਿਆ, ਕਾਲ ਦੇ ਦਿਨਾਂ ਤੋਂ ਲੈ ਕੇ ਅੰਤਮ ਸਵਾਸਾਂ ਤੱਕ ਉਹਨਾਂ ਨੇ ਸੋਭਾ ਹੀ ਸੋਭਾ ਕੱਢੀ, ਪਿਆਰ ਹੀ ਪਿਆਰ ਵਧਾਇਆ। ਭਾਵੇਂ ਉਹ ਕਾਲ ਵਿੱਚ ਗਏ, ਭਾਵੇਂ ਪਿੰਡ ਪੱਧਰ 'ਤੇ, ਭਾਵੇਂ ਪਾਰਟੀ ਪੱਧਰ 'ਤੇ, ਭਾਵੇਂ ਮੁਲਾਜ਼ਮਤ ਦੇ ਤੌਰ 'ਤੇ, ਨਾ ਵੀ ਪੂਰਨ ਸਿੰਘ ਔਰ ਹੋਏ ਵੀ ਪੂਰਨ, ਹਰ ਗੱਲ ਵਿੱਚ ਪੂਰੇ ਉਤਰੇ। ਕਿਸੇ ਨਾਲ ਇੰਨੀ ਗੱਲ ਨਹੀਂ ਕੀਤੀ ਜਿਹਦੇ ਨਾਲ ਪਰਿਵਾਰ ਨੂੰ ਸਿਰ ਨੀਵਾਂ ਕਰਨਾ ਪਵੇ। ਪਰਿਵਾਰ ਦੀ ਸ਼ਾਨ ਵਧਾਈ, ਮਾਣ ਵਧਾਇਆ, ਪੁੱਤਰਾਂ ਨੂੰ ਸੰਦੇਸ਼ ਦਿੱਤਾ। ਜਿਹੜੇ ਬਹੁਤ ਘੱਟ ਇਹਨੇ ਲੈਕ ਪੁੱਤਰ ਜਿਨ੍ਹਾਂ ਨੇ, ਮੈਂ ਸਮਝਦਾ ਮੇਰਾ ਤਾਂ ਪਰਿਵਾਰ ਨਾਲ ਬਹੁਤ ਨੇੜੇ ਦਾ ਨਿੱਜੀ ਪਿਆਰ ਹੈ, ਪਾਰਟੀ ਤੌਰ 'ਤੇ ਨਹੀਂ, ਕਿਉਂਕਿ ਜਿਹੜਾ ਇਹਨਾਂ ਦਾ ਰਿਸ਼ਤਾ ਚੱਕੇ ਨੇੜੇ, ਸਾਡੇ ਬਹੁਤ ਹੀ ਪਰਮ ਪਿਆਰੇ ਮਿੱਤਰ ਸੱਜਣ ਸਿੰਘ ਭਰਾਵਾਂ ਵਰਗੇ, ਉਹਨਾਂ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ। ਉਹ ਰਿਸ਼ਤੇ ਦੇ ਨਾਤੇ ਸਾਡਾ ਇਹਨਾਂ ਨੂੰ ਮਿਲਣਾ ਹੋਇਆ, ਪਿਆਰ ਹੋਇਆ। ਮੈਂ ਪਹਿਲਾਂ ਵੀ ਦੋ ਵਾਰੀ ਇੱਕ ਦੋ ਫੰਕਸ਼ਨਾਂ ਵਿੱਚ ਆਇਆ, ਉਹਨਾਂ ਨੂੰ ਵੇਖਿਆ, ਬੜਾ ਨੇੜੇ ਹੋ ਕੇ ਇੰਨਾ ਪੇਸ਼ੈਂਟ, ਇੰਨੇ ਸ਼ਾਂਤੀ ਵਾਲੇ, ਇੰਨੇ ਹੱਸਮੁੱਖ, ਔਰ ਹਰ ਇਨਸਾਨ ਨੂੰ ਬੜਾ ਦਿਲੋਂ ਮਿਲਣ ਵਾਲੇ, ਔਰ ਉਹਨਾਂ ਨੇ ਬਹੁਤ ਵੱਡੀ ਕਮਾਈ ਕੀਤੀ ਹੈ। ਬੈਂਕ ਬੈਲੈਂਸ ਬਹੁਤ ਲੋਕਾਂ ਕੋਲ ਹੋਣਗੇ, ਤਜੋਰੀਆਂ ਬਹੁਤ ਹੋਣਗੀਆਂ, ਜਿਹੜੇ ਲੋਕਾਂ ਦੇ ਬੈਂਕ ਬੈਲੈਂਸ ਬਣਾਉਣੇ ਬਹੁਤ ਔਖੇ ਨੇ। ਅੱਜ ਇਨਸਾਨ ਪ੍ਰਾਪਤੀ ਕਰਨ ਲਈ ਆਪਣੇ ਕੀਮਤੀ ਅਸੂਲਾਂ ਨੂੰ ਕੁਰਬਾਨ ਕਰ ਜਾਂਦਾ, ਭਾਵੇਂ ਉਹ ਰਾਜਨੀਤਿਕ ਹੋਵੇ, ਧਾਰਮਿਕ ਹੋਵੇ, ਸਮਾਜਿਕ ਹੋਵੇ। ਜੇ ਕਿਸੇ ਇਨਸਾਨ ਨੂੰ ਕੋਈ ਪੰਗੀ ਮਿਲਦੀ ਹੋਵੇ, ਇੱਕ ਸੈਕਿੰਡ ਲਾਉਂਦਾ ਆਪਣੇ ਕੀਮਤੀ ਅਸੂਲਾਂ ਨੂੰ ਕੁਰਬਾਨ ਕਰਨ ਵੇਲੇ, ਕਦੇ ਪ੍ਰਵਾਹ ਨਹੀਂ ਕਰਦਾ। ਪਰ ਮੈਂ ਸਮਝਦਾ ਸਾਹਿਬ ਗੁਰੂ ਸਿੰਘ ਜੀ ਕਹੀ ਕਿ ਸਮਾਜ ਦੀਆਂ ਰਚਨਾ ਦੀਆਂ ਲਾਲਚ ਵਾਲੀਆਂ ਗੱਲਾਂ ਨਾਲ, ਇੱਥੋਂ ਦੇ ਸਵਾਸ ਨਾਲ ਨਾ ਜੁੜਦੇ ਹੋਏ ਮਾਲਕ ਨੂੰ ਯਾਦ ਕਰਦੇ ਹੋਏ ਆਪਣਾ ਸਮਾਂ ਬਤੀਤ ਕੀਤਾ। ਇਹ ਸੰਸਾਰ ਨੂੰ ਬਣਾਉਂਦੇ ਬਣਾਉਂਦੇ ਬੜੇ ਵੱਡੇ ਬਾਦਸ਼ਾਹ ਹੱਥਾਂ ਕਰਕੇ, ਔਰ ਗੁਰੂ ਗ੍ਰੰਥ ਸਾਹਿਬ ਇਹ ਤਾਂ ਬਹੁਤ ਹੀ ਸਪੱਸ਼ਟ ਸ਼ਬਦ ਰਾਹੀਂ ਵਰਣਨ ਕੀਤਾ, ਬਣਾਉਂਦੇ ਚਲੇ ਗਏ, ਨਾ ਕਿਸਾ ਬਣਿਆ ਨਾ ਬਣ ਸਕਦਾ। ਬੜਾ ਸਾਫ ਕਿਹਾ, ਮੇਰੀ ਮੇਰੀ ਕਹਿਰੋ ਕਰਤੇ ਦਰੇ ਉਦਨ ਸੇ ਭਾਈ, ਬਾਰਾ ਜੋਜਨ ਸ਼ਕਰ ਚਲਾ ਥਾ, ਦੇਹੀ ਗਿਜਨ ਖਾਈ, ਸਰਬ ਸਿਉਨੇ ਕੀ ਲੰਕਾ ਹੋਗੀ, ਰਾਵਣ ਸੇ ਅਧਿਕਾਈ, ਕਾ ਪਿਓ ਦਰ ਮਾਮੇ ਹਾਥੀ ਖਿੰਮੇ ਪਈ ਪਰਾਈ। ਸਿਰਫ ਉਹ ਸ਼ਬਦ ਉਹ ਵੀ ਅੱਜ ਵੀ ਆਪਣੇ ਜਾਣ ਤੋਂ ਬਾਅਦ ਵੀ ਹਮੇਸ਼ਾ ਸੱਜ ਰਹੇਗਾ, ਜੋ ਉਹਨਾਂ ਨੇ ਸ਼ਬਦਾਂ ਵਿੱਚ ਵਰਣਨ ਕੀਤਾ। ਕਹਿੰਦੇ ਉਹ ਰਾਵਣ ਨੂੰ ਜੋ ਗੱਲ ਕਰਦਾ ਕਾਨੂੰਨ ਬਣ ਜਾਂਦਾ ਸੀ, ਉਹ ਦੁਰਯੋਧਨ ਜਦੋਂ ਮਹਿਲਾਂ ਵਿੱਚੋਂ ਪੂਛ ਕਰਦਾ ਬਾਹਰਾ ਯੋਜਨ, ਇੱਕ ਯੋਜਨ ਕਹਿੰਦੇ ਉਹਦਾ ਸਾਰਿਆਂ ਨੂੰ ਪਤਾ। ਕਹਿੰਦੇ ਹਾਥੀ ਘੋੜੇ ਨਗਾਰੇ ਵੱਜਦੇ ਮਹਿਲਾਂ ਵਿੱਚੋਂ ਦੁਰਯੋਧਨ ਜਦੋਂ ਜਾਂਦਾ ਸੀ, ਕਹਿੰਦੇ ਯਾਦ ਕਰੋ, ਧਿਆਨ ਮਾਰੋ, ਅੰਤ ਸਮਾਂ ਜਦੋਂ ਆਇਆ ਨਾ, ਤੇ ਉਹਦੀ ਮੌਤ ਨੂੰ ਯਾਦ ਕਰਨ ਲਈ ਇਹ ਵਰਣਨ ਕਿਉਂ ਕੀਤਾ ਕਿ ਆਪਾਂ ਇੱਥੇ ਕਿਹੜੀਆਂ ਕੋਠੀਆਂ ਹਵੇਲੀਆਂ ਜਾਇਦਾਦਾਂ ਦਾ ਮਾਣ ਕਰਦੇ ਹਾਂ, ਇੱਥੇ ਤਾਂ ਇੱਕ ਸੈਕਿੰਡ ਵਿੱਚ ਵੀ ਪਤਾ ਨਹੀਂ ਲੱਗਣਾ, ਜਦੋਂ ਸਭ ਤੋਂ ਸਾਹ ਛੁੱਟ ਜਾਣਾ। ਤਾਂ ਹੀ ਤਾਂ ਸ਼ਬਦਾਂ ਵਿੱਚ ਕਿਹਾ, ਕਹਾਂ ਸੋ ਪਾਈ ਮੀਤ ਹੈ, ਦੇਖ ਨਹਿਰ ਪਸਾਰ, ਇੱਕ ਚੱਲ ਹੈ ਇੱਕ ਚੱਲ ਸੈ, ਸਭੇ ਆਪਣੀ ਮਾਰਕੇ ਤੇ ਕੋਈ ਕਿਸੇ ਦਾ ਨਹੀਂ, ਸਭ ਲੈਣ ਦੇਣ ਦੇ ਸੰਬੰਧ ਹਨ, ਗਰਜਾਂ ਦਾ ਪਿਆਰ ਹੈ। ਜੇ ਕੋਈ ਕਿਸੇ ਦਾ ਮਤਲਬ ਪੂਰਾ ਨਾ ਹੋਵੇ,
ਕੋਈ ਵੀ ਕਿਸੇ ਨੂੰ ਆਪਣਾ ਕਹਿਣ ਲਈ ਤਿਆਰ ਨਹੀਂ। ਉਹ ਸ਼ਬਦ ਜਿਹੜੇ ਸੁੱਚਿਆਂ ਨੂੰ ਜਨਮਾਂ ਜਨਮਾਂ ਤੋਂ ਸੁੱਤੇ ਆਏ ਆ, ਸੁੱਤੇ ਜਾਣ ਦੀ ਤਿਆਰੀ ਕਰੀ ਬੈਠੇ ਆ, ਔਰ ਸ਼ਬਦਾਂ ਨੇ ਸਾਨੂੰ ਜਗਾਉਣ ਦਾ ਬਾਣੀ ਨੇ ਬਹੁਤ ਵੱਡਾ ਹੋਕਾ ਦਿੱਤਾ, ਔਰ ਇਹ ਸੰਸਾਰ ਨੂੰ ਦੁੱਖਾਂ ਸੁੱਖਾਂ ਦੀ ਨਗਰੀ ਕਹਿ ਕੇ ਸੰਬੋਧਨ ਕੀਤਾ, ਬੜਾ ਸਾਫ ਸਾਫ ਸ਼ਬਦਾਂ ਵਿੱਚ ਬਹੁਤ ਕੁਛ ਕਹਿ ਦਿੱਤਾ। ਇਸ ਲਈ ਮੈਂ ਸਮਝਦਾ ਇਹਨਾਂ ਬਾਣੀ 'ਤੇ ਅਮਲ ਕਰਦਿਆਂ ਹੋਇਆ, ਬਾਣੀ ਦੇ ਪਹਿਰੇਦਾਰ ਬਣਦਿਆਂ ਹੋਇਆ, ਆਪਣੇ ਪਿੰਡ ਵਾਸੀਆਂ ਨਾਲ, ਆਪਣੇ ਸੱਜਣਾ ਮਿੱਤਰਾਂ ਨਾਲ, ਭੈਣ ਭਰਾਵਾਂ ਨਾਲ, ਸਾਥ ਸੰਬੰਧੀਆਂ ਨਾਲ, ਬਾ ਦੁਖੀ ਬਹੁਤ ਹੀ ਕੂੜਾ ਤੇ ਮਿੱਠਾ ਜਿੱਤਾ ਇਸ ਮਾਤ ਕੋ ਨਵਾ ਕੇ ਗਏ, ਔਰ ਜਾਣ ਤੋਂ ਪਹਿਲਾਂ ਪਹਿਲਾਂ ਉਹ ਆਪਣੇ ਸਾਵਧਾਨ ਕਰਕੇ ਗਏ, ਅਸੀਂ ਕਮਾਈ ਕਰਕੇ ਗਏ ਕਿ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਇੱਕ ਸਥਾਨ ਕਰਕੇ ਗਏ ਆਪਣਾ। ਇਸ ਲਈ ਬਾਬਾ ਸਾਹਿਬ ਬਾਬਾ ਕਬੀਰ ਸਾਹਿਬ ਨੇ ਬਹੁਤ ਕਿਹਾ, ਜਦ ਹਮ ਆਏ ਜਗਤ ਮੈਂ ਜਗ ਹਸਾ ਹਮ ਰੋਏ, ਕਹਿੰਦੇ ਐਸੀ ਕਰਮੀ ਕਰਨਾ ਹਮ ਆਸੇ ਜਗ ਰੋਏ, ਐਸੀ ਕਮਾਈ ਕਰ ਇਹਦਾ ਸੰਸਾਰ ਵਿੱਚ ਵਿਚਰ ਕਿ ਤੇਰੇ ਜਾਣ ਤੋਂ ਬਾਅਦ ਲੋਕ ਤੇਰੀ ਕਾਣ ਨੂੰ ਮਹਿਸੂਸ ਕਰਕੇ ਹਮੇਸ਼ਾ ਤੈਨੂੰ ਯਾਦ ਕਰਦੇ ਰਹਿਣ। ਇਸ ਲਈ ਭਾਵੇਂ ਆਪਾਂ ਸਮਾਜਕ ਹੋਈਏ, ਰਾਜਨੀਤਿਕ ਹੋਈਏ, ਭਾਵੇਂ ਕਿਸੇ ਵੀ ਫਰੰਟ ਤੇ ਕੰਮ ਕਿਉਂ ਨਾ ਕਰਦੇ ਹੋਈਏ, ਕਿਉਂਕਿ ਇਹ ਅਫਸੋਸ ਦੀ ਸਟੇਜ ਹੈ। ਇੱਥੇ ਪਰਿਵਾਰ ਨਾਲ ਬਹੁਤ ਬੁਰਾ ਰਿਸ਼ਤਾ ਹੈ, ਮੈਂ ਕਿਸੇ ਤਰ੍ਹਾਂ ਦੀ ਰਾਜਨੀਤਿਕ ਗੱਲ ਨਹੀਂ ਕਰਨੀ, ਪਰ ਅੱਜ ਹਾਲ ਬਹੁਤ ਮਾੜਾ ਹੈ, ਗੱਲ ਮੈਂ ਸੱਚ ਕਹਿਣੀ ਚਾਹੁੰਦਾ, ਇੰਨੀ ਗੱਲ 'ਚ ਸਾਰੀ ਗੱਲ ਹੀ ਆ ਜਾਂਦੀ ਹੈ। ਇਸ ਲਈ ਸਤਿਗੁਰੂ ਕਿਰਪਾ ਕਰਿਓ, ਦਿਆ ਕਰਿਓ, ਮਿਹਰ ਕਰਿਓ, ਸਾਡੇ ਬਲ ਸ਼ਕਤੀ ਤਾਕਤ ਬਖਸ਼ਿਓ, ਅਸੀਂ ਸੱਚ ਕਹਿਣ ਦੀ ਸਮਰੱਥਾ ਰੱਖ ਸਕੀਏ, ਔਰ ਸਾਡੇ ਵੱਡੇ ਭਰਾ ਜਥੇਦਾਰ ਸਮਾਜ ਸੇਵਕ ਲੋਕਾਂ ਦੇ ਹਿਤੈਸ਼ੀ ਸਾਡੀ ਵਾਰਤਾ ਦੇ ਭੰਦੀ ਸਹਿਤਮਿਜ਼ਮ ਦੇ ਹਾਮੀ ਜਥੇਦਾਰ ਪੂਰਨ ਸਿੰਘ ਦੇ ਕਰਮਾਂ ਦੇ ਚੱਲਦਿਆਂ ਹੋਇਆ ਆਪਣਾ ਸਰ ਆਪਣਾ ਵੀ ਅਸੀਂ ਸਫਲ ਤੈਅ ਕਰੀਏ, ਉਹਨਾਂ ਦਾ ਸੰਸਖੰਡ ਵਿੱਚ ਵਾਸਾ ਹੋਵੇ, ਪਰਿਵਾਰ ਉਹਨਾਂ ਦੇ ਜਾਣ ਤੋਂ ਮਗਰੋਂ ਇਸ ਤਰ੍ਹਾਂ ਹੀ ਸਮਾਜ ਨਾਲ ਪਿਆਰ, ਰਿਸ਼ਤੇਦਾਰ ਭੈਣ ਭਰਾਵਾਂ ਸਾਥ ਸਬੰਧੀਆਂ ਨਾਲ ਨਿਭਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਦੇ ਪਵਿੱਤਰ ਗੁਰੂ ਜੋੜੀ ਬੈਠੀ ਗੁਰੂ ਪਿਆਰੀ ਸਤਿ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰੌਣਾ ਕੁਵੇ ਰਚਨਾ ਤੁਕ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਜੋ ਵੀ ਇਨਸਾਨ ਇਸ ਸੰਸਾਰ 'ਤੇ ਆਇਆ ਉਸਦੇ ਇੱਕ ਨਾ ਇੱਕ ਦਿਨ ਆਪਣੀ ਬਾਣੀ 'ਚ ਚਲਾ ਜਾਣਾ, ਲੇਕਿਨ ਬਹੁਤ ਸਾਰੇ ਇਨਸਾਨ ਹੁੰਦੇ ਨੇ ਜਿਹੜੇ ਇਸ ਸੰਸਾਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਦੌਰਾਨ ਐਸਾ ਕੁਝ ਕਰ ਜਾਂਦੇ ਨੇ ਜਿਹਨਾਂ ਨੂੰ ਉਹਨਾਂ ਦੇ ਜਿਉਂਦੇ ਜੀ ਹਮੇਸ਼ਾ ਲੋਕ ਸਤਿਕਾਰ ਦਿੰਦੇ ਨੇ, ਅਤੇ ਜਦੋਂ ਉਹ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਲੋਕ ਬਹੁਤ ਹੀ ਮਾਣ ਅਤੇ ਸਤਿਕਾਰ ਨਾਲ ਯਾਦ ਕਰਦੇ ਨੇ। ਮੇਰਾ ਕਹਿਣ ਤੋਂ ਭਾਵ ਸਰਦਾਰ ਗੋਬਿੰਦ ਸਿੰਘ ਜੀ ਵੀ ਇੱਕ ਐਸੇ ਇਨਸਾਨ ਸਨ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਜੀਵਨ ਦੇ ਸਮੇਂ ਵਿੱਚ ਵੀ ਬਹੁਤ ਸਾਰਾ ਸਤਿਕਾਰ ਸੰਗਤਾਂ ਵੱਲੋਂ ਮਿਲਦਾ ਰਿਹਾ, ਲੰਗਰ ਵੱਲੋਂ ਮਿਲਦਾ ਰਿਹਾ, ਨਾਕੇ ਵੱਲੋਂ ਮਿਲਦਾ ਰਿਹਾ, ਅਤੇ ਜਦੋਂ ਉਹ ਚਲੇ ਗਏ ਨੇ ਅੱਜ ਵੀ ਮੇਰੇ ਗੁਰਨ ਤੋਂ ਪਹਿਲਾਂ ਜਿਸ ਤਰ੍ਹਾਂ ਸਰਦਾਰ ਮੇਜਰ ਸਿੰਘ ਜੀ ਵਟਰਾ ਨੇ ਉਹਨਾਂ ਦੇ ਜੀਵਨ ਬਾਰੇ ਦੱਸਿਆ, ਔਰ ਗੁਰਬਾਣੀ ਦੇ ਨਾਲ ਜੁੜਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਸਰਦਾਰ ਹਰਦੇਵ ਸਿੰਘ ਜੀ ਹਜ਼ਰਾ ਸਾਹਿਬ ਨੇ ਉਹਨਾਂ ਦੇ ਜੀਵਨ ਨੂੰ ਗੁਰਬਾਣੀ ਨਾਲ ਜੋੜ ਕੇ ਅਤੇ ਸਮਾਜ ਨਾਲ ਜੋੜ ਕੇ ਉਸਦਾ ਵਿਸਥਾਰ ਵਿੱਚ ਤੁਹਾਡੇ ਨਾਲ ਸਾਂਝ ਕੀਤੀ। ਮੈਂ ਮਹਿਸੂਸ ਕਰਦਾ ਕਿ ਕੋਈ ਐਸੀ ਗੱਲ ਹੋਰ ਰਹਿ ਨਹੀਂ ਗਈ ਜਿਹੜੀ ਉਹਨਾਂ ਬਾਰੇ ਕਹੀ ਜਾ ਸਕੇ। ਮੈਂ ਉਹਨਾਂ ਗੱਲਾਂ ਨੂੰ ਕਿਉਂਕਿ ਸਮੇਂ ਦਾ
ख्याल रखते हो, मैं कोई रिपीट नहीं करना चाहूंगा, लेकिन एक गल बहुत ही बड़ी साढ़े सामने आई है कि उन्होंने जीवन तो सरदार पूर सिंह के जीवन तो सब बहुत कुछ सीख्या मिल सकती है, सीखने को मिल रहा है। मैं समझदा कि सरदार पूर सिंह जी एक संघर्ष का नाम से और जिसे उत्ते मैं कह सकता कि उन्होंने जीवन से बहुत बड़ी जीवनी से किताब से पूरी किताब भी लिखी जा सकती है। तो मेनु इस गल का भी मान है कि सरदार पूर सिंह जी सरदार सुखदेव सिंह जी ढींसा साहब जो कि साढ़े सारे के बहुत ही सत्कार योग से वही सोसायटी के मालिक ने वे राजनीतिक आगू ने उन्होंने वो बहुत ही नेड़े नजदीकी साथियों में एक सी। इस करके मैं अब भावे सरदार सुखदेव सिंह जी ढींसा साहब ने चेचे तौर पर इतने अपने साथी के समागम के उत्ते अंत बदास पहुंचना सी, उन्हां दा कुदरती तौर पर कल दिल्ली जाने का प्रोग्राम रजेवा बनिया तो उन्होंने कल ही मेरे चंडीगढ़ हुकम कर दिता सी कि तुसी जरूर उत्ते जाके मेरी ते पार्टी की हाजिरी लगानी है। इतने तक कि बस नहीं सरदार पूर सिंह नाल साडी जिते पार्टी की साडे लीडर की सांझ है उत्थे साडे बहुत ही श्रोमणी अकाली दल के सीगे राजू साहिबान इत्थे बैठे ने, सरदार इंद्रजीत सिंह जी गुरु रंधावा साहब और साडे अपने बहुत ही नेड़े इलाके विचों मेरे सहयोगी सरदार सज्जन सिंह जी चट्ठा जिन्हां दी बहुत ही नेड़े दी रिश्तेदारी है, होर भी मेरी आपणियां भी इस परिवार के विच रिश्तेदारियां ने। इस करके मैं सच कह सकता कि सरदार पूर सिंह जी साढ़े हर तरह के सहयोग सब तरह के जी सा सांझ है, तो सानू माण है उन्होंने जीवन तो उन्होंने परिवार के उत्तों जो बहुत ही वधिया सरदार पूर सिंह जी ने उन्हों तो संस्कार लेंगे अच उन्होंने नाम होर भी उन्होंने दोवें सपुत्र ने जोड़े उन्होंने बेटिया ने तो उन्होंने दसे रस्त्या चल के अच परिवार का नौ कुछ कर रहे हैं, ये साढ़े लिए माण वाली गल है। मैं बहुत समा ना रहा होने वालों अपनी पार्टी श्रोमणी अकाली दल वालों और विशेष तौर पर सरदार सुखदेव सिंह जी ढींसा मैंबर राजसभा सैकटरी जनरल श्रोमणी अकाली दल वालों सब का सत्कार पेश करता होगा जाचका वाहिगुरु जी का खालसा वाहिगुरु जी की फतह। अच असी सारे साढ़े सत्कार योग चाचा जी सरदार पूर सिंह जी मनकर साहब जी अंतिम अरदास शामिल हो रहे हैं, उन्होंने शख्सियत बारे स्टेज तो दसाया गया है मनकर साहब ने और साढ़े जथेदार साहबान दस के गए हैं कि वो किस तरह की शख्सियत सरदार पूर्ण सिंह जी मतलब मैं ये कहना चाहगा कि बहुत ही खूबसूरत प्यारे इंसान सन, उन्होंने सुभाव उन्होंने हर गलबात क्योंकि असी बचपन तो उन्होंने मिले हाँ, मेरे सत्कारयोग पिता जी के बड़े मित्र सन मेरे और जिस समय भी उन्होंने असं मिलते सी उन्हां तो प्रभावित होंगे स और उसी गल मैं अपने भरावान के भी देखता हाँ, बिक्रम सिंह भावें विदेश के रेंदे हैं पर जिन्ना समा भी वो इतने रहे उन्होंने इतने साडे सत्कारयोग चाचा जी का नाम रोशन किया और हम न्यूजीलैंड भी वह अपने परिवार का पिंड का नाम रोशन कर रहे हैं। मैं ज़्यादा समा ना लेता होया क्योंकि परिवार के नेड़े सज्जन जो भी साथी रिश्तेदार मित्र इतने आए हैं उन्होंने परिवार वालों सरदार बिक्रम सिंह वालों उन्होंने छोटे भरा गुरभजनीत सिंह वालों धन्यवाद करता हाँ। सत्कारयोग
ਜਥੇਦਾਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ। ਇੰਨਾ ਕਹਿੰਦਾ ਹੋਇਆ ਮੈਂ ਆਪਣਾ ਸਥਾਨ ਲੈਂਦਾ ਹਾਂ। ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਹੁਣ ਪਵਿੱਤਰ ਢੇਕ ਵਰਤੇਗੀ ਔਰ ਉਸ ਤੋਂ ਉਪਰੰਤ ਚਾਹ ਦਾ ਲੰਗਰ ਵਰਤੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਨਹੀਂ ਸਕਿਆ, ਸਾਰੀਆਂ ਸੰਗਤਾਂ ਨੇ ਭਾਈ ਢੇਕ ਲੈਣ ਤੋਂ ਉਪਰੰਤ ਸਾਰੀਆਂ ਸੰਗਤਾਂ